ਪੰਜ ਦੋਸਤ ਕਿੰਨਾ ਇੰਜੋਏ ਕਰ ਰਿਹਾ ਓਵੇਂ ਹੀ ਜਿਵੇਂ ਆਪਣੇ ਪੈਰੋਗ੍ਰਾਮ ਦੀ ਪੰਜ ਪ੍ਰੋਪਰਟੀਜ਼ ਹੈ। ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਨਾ ਹੈਗਾ, ਉਹ ਹੈਗਾ ਚੈਪਟਰ ਨੰਬਰ 3 ਅੰਡਰਸਟੈਂਡਿੰਗ ਕੁਆਡ੍ਰੀਲੇਟਰਲਸ ਯਾਨੀ ਕਿ ਚਤੁਰ ਭੁਜਾਵਾਂ ਨੂੰ ਸਮਝਣਾ। ਇਹ ਤੁਹਾਡੀ ਬੁੱਕ 'ਚ ਅਧਿਆਇ 3 ਹੈਗਾ, ਚੈਪਟਰ 3 ਹੈਗਾ। ਹੁਣ ਕੁਆਡ੍ਰੀਲੇਟਰਲ ਇੱਕ ਸ਼ਬਦ ਵਰਤਿਆ ਗਿਆ, ਮੈਥ ਦਾ ਕੁਆਡ੍ਰੀਲੇਟਰਲ ਪੰਜਾਬੀ ਚ ਚਤੁਰ ਭੁਜ ਕਹਿੰਦੇ ਆ। ਕੀ ਹੈ ਚਤੁਰ ਭੁਜ? ਭੁਜ ਮਤਲਬ ਭੁਜਾਵਾਂ, ਸਾਈਡ। ਚਤੁਰ ਮਤਲਬ ਕਿੰਨੀਆਂ? ਚਾਰ ਭੁਜਾਵਾਂ। ਆਹ ਚਾਰ ਭੁਜਾਵਾਂ ਵਾਲੀ ਕੋਈ ਵੀ ਆਕ੍ਰਿਤੀ ਹੋਵੇ, ਇੱਕ ਭੁਜਾ, ਦੋ ਭੁਜਾ, 3 ਤੇ 4, ਆ ਚਾਰ ਭੁਜਾਵਾਂ ਵਾਲੀ ਆਕ੍ਰਿਤੀ ਨੂੰ ਚਤੁਰਭੁਜ ਕੁਆਡ੍ਰੀਲੇਟਰਲ ਕਹਿੰਦੇ ਆ। ਹੁਣ ਇਹ ਚਤੁਰਭੁਜ ਆਪਾਂ ਛੋਟੀ ਕਲਾਸਾਂ ਚ ਕਰਦੇ ਆਏ ਆ, ਆਇਤ ਵਰਗ ਦੀਆਂ ਚਾਰ ਭੁਜਾਵਾਂ ਹੁੰਦੀਆਂ ਨਾ, ਤਾਂ ਇਸਦਾ ਮਤਲਬ ਜੇ ਆਪਾਂ ਉਹਨਾਂ ਦੀ ਕੋਈ ਵੱਡੇ ਰੂਪ ਚ ਕਹੀਏ ਤਾਂ ਉਹ ਚਤੁਰਭੁਜ ਹੁੰਦੇ ਆ। ਜਿਵੇਂ ਤੁਹਾਡੀ ਕਲਾਸ 8 ਹੈ, ਹੁਣ ਤੁਸੀਂ ਸਾਰੇ 8 ਕਲਾਸ ਦੇ ਬੱਚੇ ਹੋ ਨਾ, ਉਵੇਂ ਆਇਤ ਵਰਗ ਕਿਹੜੀ ਕਲਾਸ ਦੇ ਹੈ? ਚਤੁਰਭੁਜ ਕਲਾਸ ਦੇ ਬੱਚੇ, ਕੁਆਡ੍ਰੀਲੇਟਰਲ ਕਲਾਸ ਦੇ ਬੱਚੇ ਹੈ ਆਇਤ ਵਰਗ ਰੈਕਟੈਂਗਲਸ। ਇਹ ਸਮਝ ਲਾ ਜੀ, ਚਤੁਰਭੁਜ ਮਤਲਬ ਚਾਰ ਭੁਜਾਵਾਂ, ਚਾਰ ਭੁਜਾਵਾਂ ਮਤਲਬ ਜਿਹੜੀ ਵੀ ਆਕ੍ਰਿਤੀ ਦੀਆਂ ਚਾਰ ਭੁਜਾਵਾਂ ਹੋਣਗੀਆਂ ਉਹ ਕਿਹੜੀ ਕਲਾਸ ਨੂੰ ਬਿਲੋਂਗ ਕਰੇਗਾ? ਕੁਆਡ੍ਰੀਲੇਟਰਲ ਚਤੁਰਭੁਜ। ਇੰਨਾ ਸਮਝ ਲੱਗ ਗਿਆ। ਹੁਣ ਆਪਾਂ ਇਹਦੇ 'ਚ ਕਿਹੜੇ ਖਾਸ ਚਤੁਰਭੁਜ ਕੁਆਡ੍ਰੀਲੇਟਰਲ ਦੀ ਗੱਲ ਕਰਨੀ ਹੈ। ਆਇਤ ਵਰਗ ਦਾ ਆਪਾਂ ਛੋਟੀ ਕਲਾਸਾਂ 'ਚ ਪੜ੍ਹਿਆ, ਹੁਣ ਆਪਾਂ ਗੱਲ ਕਰਨੀ ਹੈ ਪੈਰਲੋਗ੍ਰਾਮ ਦੀ। ਪੈਰਲੋਗ੍ਰਾਮ ਪੰਜਾਬੀ ਕਹਿੰਦੇ ਨੂੰ ਸਮਾਂਤਰ ਚਤੁਰਭੁਜ। ਆਪਾਂ ਇਸ ਖਾਸ ਤਰ੍ਹਾਂ ਦੇ ਚਤੁਰਭੁਜ ਦੀ ਗੱਲ ਕਰਨੀ ਹੈ। ਜਿਵੇਂ ਇੱਕ ਆਇਤ ਵਰਗ ਖਾਸ ਤਰ੍ਹਾਂ ਦਾ ਸਟੂਡੈਂਟ ਹੈ ਚਤੁਰਭੁਜ ਕਲਾਸ ਦਾ, ਉਵੇਂ ਅਗਲਾ ਸਟੂਡੈਂਟ ਕੀ ਹੈ? ਪੈਰੋਗ੍ਰਾਮ ਸਮਾਂਤਰ ਚਤੁਰਭੁਜ ਆਪਾਂ ਇਹਦੀ ਗੱਲ ਕਰਨੀ, ਠੀਕ ਹੈ ਜੀ। ਹੁਣ ਇਸ ਦੀਆਂ ਕੁਝ ਖਾਸੀਅਤਾਂ, ਉਹ ਖਾਸੀਅਤਾਂ ਤੁਸੀਂ ਯਾਦ ਰੱਖਣੀ ਹੈ, ਉਸ ਖਾਸੀਅਤਾਂ ਦੇ ਬਲ ਤੇ ਆਪਾਂ ਕੁਐਸਚਨ ਕਰ ਲਈ। ਸਮਝ ਲੱਗ ਗਈ, ਪੈਰੋਗ੍ਰਾਮ ਹੈ ਸਮਾਂਤਰ ਚਤੁਰਭੁਜ, ਉਹਦੀ ਸ਼ਕਲ ਆਕ੍ਰਿਤੀ ਆਪਾਂ ਜ਼ਿਆਦਾਤਰ ਐਵੇਂ ਬਣਾਈਏ ਟੇਢੀ। ਆਇਤ ਵਾਂਗੂ ਬਿਲਕੁਲ ਚਾਰੋ ਸਿੱਧੇ ਨਹੀਂ ਬਣਾਉਂਦੇ ਆਪਾਂ। ਕਿਉਂ ਨਹੀਂ ਬਣਾਉਂਦੇ? ਆਇਤ ਵਰਗ ਦੇ ਆ ਕਿੰਨੇ ਕੋਨੇ ਹੈ? ਇਹ ਚਾਰੋ ਕੋਨੇ 90 ਡਿਗਰੀ ਦੇ ਹੁੰਦੇ, ਤੇ ਜੇ ਆਪਾਂ ਸਕੇਲ ਤੇ ਪ੍ਰੋਟੈਕਟਰ ਡੀ ਤੇ ਦੇਖੀਏ, 90 ਡਿਗਰੀ ਦੀ ਲਾਈਨ ਬਿਲਕੁਲ ਸਿੱਧੀ ਹੁੰਦੀ ਹੁੰਦੀ ਹੈ ਨਾ, ਇਸ ਕਰਕੇ ਆਇਤ ਦੇ ਵਰਗ ਬਿਲਕੁਲ ਸਿੱਧੇ ਹੁੰਦੇ। ਲੇਕਿਨ ਸਮਾਂਤਰ ਚਤੁਰਭੁਜ ਵਿੱਚ ਕੋਣ 90 ਡਿਗਰੀ ਦੇ ਨਹੀਂ ਹੁੰਦੇ, ਇਸ ਕਰਕੇ ਉਹਦੀਆਂ ਲਾਈਨਾਂ ਟੇਢੀਆਂ, ਭੁਜਾਵਾਂ ਟੇਢੀਆਂ ਹੁੰਦੀਆਂ। ਪਹਿਲੀ ਗੱਲ ਸਮਝ ਲੱਗ ਗਈ, ਪਹਿਲਾ ਫੀਚਰ, ਪਹਿਲੀ ਗੱਲ ਕੀ ਯਾਦ ਰੱਖਣੀ ਹੈ ਕਿ ਸਮਾਂਤਰ ਚਤੁਰਭੁਜ ਦਾ ਕੋਈ ਵੀ ਕੋਣ 90 ਦਾ ਨਹੀਂ ਹੁੰਦਾ, ਇਸ ਕਰਕੇ ਉਹਦੀ ਆਕ੍ਰਿਤੀ ਆਪਾਂ ਐਵੇਂ ਟੇਢੀ ਬਣਾਉਣੀ, ਠੀਕ ਹੈ। ਦੂਜੀ ਗੱਲ, ਸਮਾਂਤਰ ਚਤੁਰਭੁਜ ਵਿੱਚ ਵੀ ਆਇਤ ਰੈਕਟੈਂਗਲ ਵਾਂਗੂ ਆਹਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੁੰਦੀਆਂ। ਜਿਵੇਂ ਆਹ ਭੁਜਾ ਇਹ ਕਿੰਨੇ ਬਰਾਬਰ ਹੋਊਗੀ? ਠੀਕ ਹੈ ਜੀ, ਤੇ ਆਹ ਵੀ ਭੁਜਾ, ਇੱਥੇ ਮੈਂ 2 ਲਾਈਨਾਂ ਬਣਾ ਦਿੰਦੀ ਹਾਂ, ਇਹ 2 ਲਾਈਨਾਂ ਵਾਲੀ ਭੁਜਾ ਕਿੰਨੇ ਬਰਾਬਰ ਹੋਊਗੀ? 2 ਲਾਈਨਾਂ। ਆਇਤ ਰੈਕਟੈਂਗਲ ਚ ਵੀ ਤਾਂ ਇਹ ਹੁੰਦਾ ਨਾ,
ਐਂ ਹੁੰਦਾ ਕਿ ਨਹੀਂ? ਹਾਂਜੀ, ਓਵੇਂ ਹੀ ਸਮਾਂਤਰ ਵਿੱਚ ਵੀ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਪ੍ਰਾਪਤ ਹੋਈਆਂ। ਹੁਣ ਇਸ ਦਾ ਨਾਮ ਕੀ ਹੈ? ਏ ਬੀ ਸੀ ਡੀ। ਇਸ ਚਤੁਰਭੁਜ ਦੇ ਚਾਰ ਕੋਨੇ, ਚਾਰ ਭੁਜਾਵਾਂ, ਚਾਰਾਂ ਕੋਨਿਆਂ ਤੇ ਇੱਕ ਇੱਕ ਇੰਗਲਿਸ਼ ਦਾ ਅੱਖਰ ਵੇਰੀਏਬਲ ਲਿਖਦਾ, ਉਹੀ ਇਹਦਾ ਨਾਮ ਹੈ। ਇਹਦਾ ਨਾਮ ਕੀ ਹੈ? ਏ ਬੀ ਸੀ ਡੀ। ਹਾਂ, ਇਹਦਾ ਨਾਮ ਇਸ ਪੈਰਲੋਗ੍ਰਾਮ ਦਾ ਕੀ ਨਾਮ ਹੈ? ਜਿਵੇਂ ਤੁਹਾਡੇ ਨਾਮ ਹੈ, ਉਵੇਂ ਇਸ ਪੈਰਲੋਗ੍ਰਾਮ ਦਾ ਕੀ ਨਾਮ ਹੈ? ਏ ਬੀ ਸੀ ਡੀ। ਆਪਾਂ ਹੁਣ ਤੱਕ ਦੋ ਗੱਲਾਂ ਸਿੱਖ ਲਈ। ਪਹਿਲੀ ਗੱਲ ਕਿ ਇਸ ਦਾ ਕੋਈ ਵੀ ਕੋਣ 90 ਦਾ ਤਾਂ ਇਸ ਕਰਕੇ ਆਕ੍ਰਿਤੀ ਟੇਕੀ ਬਣ ਗਈ। ਦੂਜੀ ਗੱਲ ਕੀ ਸਿੱਖੀ ਕਿ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ? ਇੰਨਾ ਸਮਾਂ ਲੱਗ ਗਿਆ। ਹੁਣ ਤੀਜੀ ਗੱਲ ਕਿ ਆਮਣੇ ਸਾਹਮਣੇ ਵਾਲੇ ਕੋਣ ਵੀ ਬਰਾਬਰ ਹੁੰਦੇ ਆ, ਪਰ ਕਿਹੜੇ ਕੋਣ? ਆਮਣੇ ਸਾਹਮਣੇ ਵਾਲੇ। ਆਹ ਕੋਣ ਏ ਹੈ, ਏ ਕੋਣ ਦੇ ਸਾਹਮਣੇ ਕਿਹੜਾ ਕੋਣ ਹੈ? ਸੀ ਸੀ। ਵੈਰੀ ਗੁੱਡ। ਤੇ ਇਹ ਦੋਵੇਂ ਕੀ ਆਪਸ ਚ ਬਰਾਬਰ? ਹੁਣ ਐਵੇਂ ਬੀ ਦੇ ਸਾਹਮਣੇ ਡੀ, ਤੇ ਇਹ ਦੋਵੇਂ ਕੀ ਆਪਸ ਬਰਾਬਰ? ਬਰਾਬਰ। ਬੀ ਕੋਣ ਡੀ ਕੋਣ ਦੇ ਬਰਾਬਰ ਹੈ, ਏ ਕੋਣ ਸੀ ਕੋਣ ਦੇ। ਇਹ ਆਪਣਾ ਤੀਜਾ ਪੁਆਇੰਟ ਹੈ ਕਿ ਆਮਣੇ ਸਾਹਮਣੇ ਵਾਲੇ ਕੋਣ ਕੀ ਆਪਸ ਚ ਬਰਾਬਰ। ਠੀਕ ਹੈ ਜੀ। ਹੁਣ ਇਹ ਤਿੰਨ ਪੁਆਇੰਟ ਮੇਰੇ ਕੋਲ ਲਿਖ ਲਈਏ, ਮਤਲਬ ਆਪਾਂ ਪਹਿਲਾ ਪੁਆਇੰਟ ਕੀ ਲਿਖੀਏ ਕਿ ਕੋਈ ਵੀ ਕੋਣ 90 ਡਿਗਰੀ ਨਹੀਂ ਹੁੰਦਾ। ਦੂਜਾ ਪੁਆਇੰਟ ਕੀ ਹੈ? ਏ ਬੀ ਕਿਹਦੇ ਬਰਾਬਰ ਹੈ? ਸੀ ਡੀ ਦੇ। ਤੇ ਬੀ ਸੀ ਕਿਹਦੇ ਬਰਾਬਰ ਹੈ? ਏ ਡੀ। ਇਹੀ ਪੁਆਇੰਟ ਹੈ। ਤੀਜਾ ਪੁਆਇੰਟ ਕੀ ਹੈ ਜੀ? ਐਂਗਲ ਏ ਕਿਹਦੇ ਬਰਾਬਰ ਹੈ? ਐਂਗਲ ਸੀ ਦੇ। ਐਂਗਲ ਬੀ ਕਿਹਦੇ ਬਰਾਬਰ ਹੈ? ਐਂਗਲ ਡੀ। ਆ ਤਿੰਨ ਪੁਆਇੰਟ ਕੀਤੇ ਆਪਾਂ। ਹਾਂਜੀ। ਹੁਣ ਆਪਣੀ ਵਾਰੀ ਆ ਗਈ ਚੌਥੇ ਪੁਆਇੰਟ। ਚੌਥਾ ਪੁਆਇੰਟ ਕੀ ਹੈ? ਕੋਨਾ ਨਾਲ ਰਿਲੇਟਿਡ। ਆਪਾਂ ਹੁਣੇ ਕਿਹਾ ਕਿ ਆਮਣੇ ਸਾਹਮਣੇ ਵਾਲੇ ਕੋਣ ਆਪਸ ਚ ਬਰਾਬਰ ਹੁੰਦੇ ਆ, ਪਰ ਹੁਣ ਜੇ ਮੈਂ ਕਹਾਂ ਗੁਆਂਢੀ ਕੋਣ, ਨਾਲ ਨਾਲ ਵਾਲੇ ਕੋਣਾਂ ਦਾ ਫਿਰ ਕੀ ਆਪਸ ਚ ਰਿਸ਼ਤਾ? ਆਪਾਂ ਬਰਾਬਰ ਕਿਹੜੇ ਕੋਣਾਂ ਨੂੰ ਕਿਹਾ? ਆਮਣੇ ਸਾਹਮਣੇ ਵਾਲਿਆਂ ਨੂੰ। ਤਾਂ ਫਿਰ ਜਿਹੜੇ ਗੁਆਂਢੀ ਕੋਣ ਹੈ, ਏ ਕੋਣ ਦਾ ਗੁਆਂਢੀ ਬੀ ਵੀ ਹੈ, ਏ ਦਾ ਗੁਆਂਢੀ ਬੀ ਵੀ ਹੈ, ਤੇ ਇਹਨਾਂ ਦਾ ਆਪਸ ਚ ਕੀ ਰਿਸ਼ਤਾ? ਇਹਨਾਂ ਦਾ ਰਿਸ਼ਤਾ ਕੀ ਹੈ? ਇਹ ਧਿਆਨ ਦੇਖੋ, ਕਿਉਂਕਿ ਇਸ ਬੇਸ ਤੇ ਆਪਾਂ ਨੂੰ ਸਵਾਲ ਆਉਂਦਾ। ਫੋਰਥ ਪੁਆਇੰਟ, ਜਿਹੜੇ ਗੁਆਂਢੀ ਕੋਣ ਹੈ ਉਹਨਾਂ ਦਾ ਜੋੜ, ਗੁਆਂਢੀ ਕੋਣਾਂ ਦਾ ਜੋੜ ਹਮੇਸ਼ਾ ਕਿੰਨੇ ਬਰਾਬਰ ਹੋਣਾ? ਚਾਹੇ ਜਿਹੜੇ ਮਰਜ਼ੀ ਗੁਆਂਢੀ ਲੈ ਲਓ, ਏ ਤੇ ਬੀ ਲੈ ਲਓ, ਚਾਹੇ ਏ ਤੇ ਡੀ ਲੈ ਲਓ, ਚਾਹੇ ਬੀ ਤੇ ਸੀ ਲੈ ਲਓ, ਚਾਹੇ ਸੀ ਤੇ ਡੀ ਲੈ ਲਓ। ਮੈਂ ਇੱਕ ਉਦਾਹਰਣ ਦਿੱਤੀ ਐਗਜ਼ਾਮਪਲ ਕਿ ਆਮਣੇ ਸਾਹਮਣੇ ਵਾਲੇ ਕੋਣ ਕੀ ਹੁੰਦੇ ਆ? ਬਰਾਬਰ। ਪਰ ਜਿਹੜੇ ਗੁਆਂਢੀ ਕੋਣ ਹੈ ਨਾਲ ਨਾਲ ਵਾਲੇ, ਉਹਨਾਂ ਦਾ ਜੋੜ ਕਿੰਨੇ ਬਰਾਬਰ ਹੁੰਦਾ ਹੈ? ਇਹ ਚਾਰ ਪੁਆਇੰਟ ਸਮਝ ਲੱਗ ਗਏ। ਹੁਣ ਆਖਰੀ ਪੁਆਇੰਟ, ਬਸ ਇਸ ਪੁਆਇੰਟ ਤੋਂ ਬਾਅਦ ਆਪਾਂ ਜਿੰਨੇ ਵੀ ਕੁਐਸਚਨ ਕਰਨੇ ਹੈ ਉਹਨਾਂ 'ਚ ਆਹ ਪੰਜ ਪੁਆਇੰਟ ਦੀ ਗੱਲਾਂ ਹੀ ਵਰਤੀਆਂ ਜਾਂਦੀਆਂ। ਠੀਕ ਹੈ ਜੀ। ਪੰਜਵਾਂ ਪੁਆਇੰਟ ਆਪਣੇ ਕੋਲ ਕੀ ਹੈ ਕਿ ਇਹਨਾਂ ਦੇ ਵਿਚਕਾਰ ਲਾਈਨਾਂ ਬਣਾਉਣੀਆਂ, ਕੋਨਾਂ ਨੂੰ ਜੋੜਨ ਵਾਲੀ, ਏ ਨੂੰ ਸੀ ਨਾਲ ਜੋੜਨ ਵਾਲੀ ਲਾਈਨ ਤੇ ਬੀ ਦੇ ਡੀ।
ਹੁਣ ਆ ਜਿਹੜੀਆਂ ਵਿੱਚ ਲਾਈਨਾਂ ਬਣਾਈਆਂ ਇਹਨਾਂ ਨੂੰ ਆਪਾਂ ਪੰਜਾਬੀ ਚ ਵਿਕਰਨ ਕਹਿੰਦੇ ਹਾਂ। ਕੀ ਕਹਿੰਦੇ ਆ? ਵਿਕਰਨ। ਇੰਗਲਿਸ਼ ਚ ਕਹਿੰਦੇ ਆ ਡਾਇਗਨਲ। ਕੀ ਕਹਿੰਦੇ ਆ? ਡਾਇਗਨਲ। ਆਮਣੇ ਸਾਹਮਣੇ ਬਿੰਦੂਆਂ ਨੂੰ ਜੋੜਨ ਵਾਲੀ ਲਾਈਨਾਂ ਅੰਦਰ ਬਣਦੀਆਂ, ਕਿਸੇ ਦੇ ਬਾਹਰ ਬਣਦੀ ਹੈ, ਪਰ ਇਸ ਸਮਾਂਤਰ ਚਤੁਰਭੁਜ ਵਿੱਚ ਅੰਦਰ ਬਣਦੀ ਹੈ ਤੇ ਇਹਦੇ ਵਿੱਚ ਇਹ ਜਿਹੜੀਆਂ ਲਾਈਨਾਂ ਇਹਨੂੰ ਵਿਕਰਨ ਪੰਜਾਬੀ ਚ ਇੰਗਲਿਸ਼ ਕੀ ਕਹਿੰਦੇ ਆ? ਡਾਇਗਨਲ। ਹੁਣ ਇਹ ਕੀ ਕੰਮ ਹੈ? ਜਿੱਥੇ ਇਹ ਕੱਟਦੀਆਂ ਆ ਦੋਵੇਂ ਲਾਈਨਾਂ ਇੱਥੇ ਕੱਟੀਆਂ ਨਾ, ਤਾਂ ਇਹ ਅੱਧਾ ਅੱਧਾ ਹਿੱਸਾ ਆਪਸ ਕੀ ਹੁੰਦਾ ਹੈ? ਬਰਾਬਰ। ਓ ਡੀ ਕਿੰਨੇ ਬਰਾਬਰ ਹੋ ਗਿਆ? ਓ ਬੀ। ਓ ਏ ਕਿੰਨੇ ਬਰਾਬਰ ਹੋ ਗਿਆ? ਓ ਸੀ। ਇਹੀ ਹੈ ਕਿ ਡਾਇਗਨਲ ਬਾਇਸੈਕਟ ਈਚ ਅਦਰ, ਕਿ ਜਿਹੜੇ ਵਿਕਰਨ ਹੈ ਉਹ ਇੱਕ ਦੂਜੇ ਨੂੰ ਸਮਦੋ ਭਾਜਿਤ ਕਰਦੇ ਹੈ, ਮਤਲਬ ਦੋ ਬਰਾਬਰ ਹਿੱਸਿਆਂ ਚ ਕੀ ਕਰਦੇ ਆ? ਵੰਡ। ਇਹੀ ਹੈ ਵਿਕਰਨ ਸਮਦੋ ਭਾਜਿਤ। ਯਾਨੀ ਕਿ ਡਾਇਗਨਲ ਬਾਇਸੈਕਟ ਈਚ। ਹੁਣ ਇਹਦਾ ਮੈਥ ਵਿੱਚ ਕੀ ਮਤਲਬ ਹੋਇਆ ਬਾਇਸੈਕਟ ਈਚ ਦਾ? ਕਿ ਓ ਡੀ ਕਿੰਦੇ ਬਰਾਬਰ ਹੈ? ਓ ਡੀ ਦੇ। ਤੇ ਓ ਏ ਕਿੰਦੇ ਬਰਾਬਰ ਹੈ? ਓ ਸੀ। ਸਮਝ ਲੱਗ ਗਈ? ਹੁਣ ਆਪਾਂ ਪੰਜ ਪੁਆਇੰਟ ਕਰ ਲਏ, ਪੰਜ ਪੁਆਇੰਟ ਰਿਵਾਈਜ਼ ਕਰਨ ਲੱਗੇ। ਪਹਿਲਾ, ਕੋਈ ਵੀ ਕੋਣ ਇਹਦਾ 90 ਡਿਗਰੀ ਦਾ ਨਹੀਂ ਹੁੰਦਾ, ਇਸ ਕਰਕੇ ਆ ਜਿਹੜੀ ਆਪਣੀ ਕੀ ਹੈ ਡਿਗਰੀ ਦੇ। ਦੂਜਾ, ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ? ਤੀਜਾ ਪੁਆਇੰਟ, ਆਮਣੇ ਸਾਹਮਣੇ ਵਾਲੇ ਕੋਣ ਕੀ ਹੁੰਦੇ ਆ? ਬਰਾਬਰ। ਆਮਣੇ ਸਾਹਮਣੇ ਵਾਲੇ ਕੋਣ ਕੀ ਹੁੰਦੇ ਆ? ਬਰਾਬਰ। ਏ ਕੋਣ ਸੀ ਕੋਣ ਦੇ, ਬੀ ਕੋਣ ਡੀ ਕੋਣ ਦੇ। ਹੁਣ ਗੁਆਂਢੀ ਜਿਹੜੇ ਕੋਣ ਹੈ ਉਹਨਾਂ ਦਾ ਜੋੜ ਕਿੰਨੇ ਡਿਗਰੀ ਦੇ ਬਰਾਬਰ ਹੈ? ਪੰਜਵਾਂ ਅਖੀਰਲਾ ਪੁਆਇੰਟ, ਕਿ ਜਿਹੜੇ ਅੰਦਰ ਡਾਇਗਨਲਸ ਬਣਦੇ ਆ, ਵਿਕਰਨ ਬਣਦੇ ਆ, ਉਹ ਆਪਸ ਚ ਸਮਦੋ ਭਾਜਿਤ ਹੁੰਦੇ ਆ, ਬਾਇਸੈਕਟ ਹੁੰਦੇ ਆ, ਮਤਲਬ ਉਹ ਲਾਈਨਾਂ ਦਾ ਅੱਧਾ ਅੱਧਾ ਹਿੱਸਾ ਆਪਸ ਕੀ ਹੁੰਦਾ? ਬਰਾਬਰ। ਕੀ ਹੁੰਦਾ? ਬਰਾਬਰ। ਪਹਿਲਾ ਸਵਾਲ, ਪਹਿਲਾ ਭਾਗ ਕੀ ਹੈ? ਫਾਇੰਡ ਐਕਸ ਤੇ ਵਾਈ। ਇਸ ਆਕ੍ਰਿਤੀ ਆਕ੍ਰਿਤੀ ਕਿਹੜੀ ਹੈ? ਪੈਰਲੋਗ੍ਰਾਮ ਸਮਾਂਤਰ ਚਤੁਰਭੁਜ। ਪੈਰਲੋਗ੍ਰਾਮ ਸਮਾਂਤਰ ਚਤੁਰਭੁਜ ਕਿੱਥੋਂ ਪਤਾ ਚੱਲਦਾ? ਪਹਿਚਾਨ ਕੀ ਕਿਵੇਂ ਬਣਦੀ ਹੈ? ਹੁਣ ਉਹਨਾਂ ਨੇ ਕਿਹਾ ਇਸ ਕੁਐਸਚਨ ਵਿੱਚ ਐਕਸ ਤੇ ਵਾਈ ਦਾ ਮੁੱਲ ਪਤਾ ਕਰੋ। ਚਾਰ ਭੁਜਾਵਾਂ, ਚਾਰਾਂ ਭੁਜਾਵਾਂ ਨੇ ਆਪਾਂ ਨੂੰ ਮੁੱਲ ਦਿੱਤੇ। ਇੱਕ ਭੁਜਾ ਪੰਜ ਹੈ, ਦੂਜੀ ਪੰਦਰਾਂ, ਤੀਜੀ ਸੋਲਾਂ, ਚੌਥੀ ਭੁਜਾਵਾਂ ਦਿੱਤੀਆਂ, ਚਾਰਾਂ ਦੇ ਮੁੱਲ ਦਿੱਤੇ। ਹੁਣ ਤੁਸੀਂ ਮੈਨੂੰ ਦੱਸੋ ਉਹ ਪੰਜਾਂ ਪੁਆਇੰਟ ਚੋਂ ਆਪਾਂ ਕਿਹੜੇ ਪੁਆਇੰਟ ਇੱਥੇ ਅਪਲਾਈ ਕਰੀਏ ਕਿ ਐਕਸ ਤੇ ਵਾਈ ਦਾ ਮੁੱਲ ਆ ਜਾਊਗਾ? ਪਹਿਲਾਂ ਜਿਹੜੀਆਂ ਬਰਾਬਰ ਹੈ, ਬਰਾਬਰ ਜਿਹੜੀਆਂ ਜਿਹੜੀਆਂ ਬਰਾਬਰ ਹੈ, ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੁੰਦੀਆਂ। ਦੂਜਾ ਪੁਆਇੰਟ, ਉਹ ਵਰਤ ਕੇ ਇੱਥੇ ਵਰਤਿਆ ਜਾਊਗਾ। ਕਿਉਂ, ਕਿਵੇਂ ਪਤਾ ਚੱਲਿਆ? ਕਿਉਂਕਿ ਇੱਥੇ ਕੀ ਦਿੱਤਾ? ਭੁਜਾਵਾਂ ਦੇ ਮਾਪ ਦਿੱਤੇ ਆ, ਤਾਂ ਫਿਰ ਭੁਜਾਵਾਂ ਦਿੱਤੀਆਂ ਤਾਂ ਭੁਜਾਵਾਂ ਵਾਲਾ ਪੁਆਇੰਟ ਹੀ ਲੱਗੂਗਾ। ਹੁਣ ਕਿਵੇਂ ਕਰਨਾ? ਦੇਖੋ,
ਲਿਖਾਂਗੇ ਸਮਾਂਤਰ ਚਤੁਰਭੁਜ ਦੇ ਸਮਾਂਤਰ ਚਤੁਰਭੁਜ ਦੀ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੁੰਦੀਆਂ ਜਾਂ ਸਨਮੁਖ ਭੁਜਾਵਾਂ ਸਮਾਂਤਰ ਚਤੁਰਭੁਜ ਦੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਪੈਰਲੋਗ੍ਰਾਮ ਨੂੰ ਸ਼ਾਰਟਕਟ ਵਿੱਚ ਐਵੇਂ ਵੀ ਪਾਉਂਦੇ ਆ, ਇੰਨਾ ਵੱਡਾ ਪੈਰਲੋਗ੍ਰਾਮ ਲਿਖਣ ਦੀ ਲੋੜ ਨਹੀਂ, ਐਵੇਂ ਲਿਖ ਲਓ ਪੈਰਲਲ ਦਾ ਨਿਸ਼ਾਨ ਆ ਜੀ ਐਮ ਆਰ ਇਕੁਅਲ ਬਰਾਬਰ ਡੀ ਸੀ ਤੇ ਨਾਲ ਹੀ ਹੈ ਏ ਡੀ ਬਰਾਬਰ ਬੀ ਸੀ, ਯਾਨੀ ਕਿ ਚਾਰ 16 ਬਰਾਬਰ 4 ਬਾਈ ਉਹਨਾਂ ਦੱਸੋ ਚਾਰ ਕਿੱਥੇ ਜਾਊਗਾ, ਥੱਲੇ 16 ਵਟੇ 4 ਚਾਰ ਦੇ ਭਾਣੇ ਦੇ ਕਿੱਟਾ ਕਿੰਨਾ ਗਿਆ 4, ਯਾਨੀ ਕਿ ਵਾਈ ਕਿੰਨਾ ਗਿਆ ਆਪਣੇ ਕੋਲ, ਹੁਣ ਏ ਡੀ ਕੀ ਆਪਣੇ ਕੋਲ 5 ਐਕਸ ਬਰਾਬਰ 15 ਪਾਣੀ ਕਿੱਥੇ ਜਾਊਗਾ ਥੱਲੇ, ਐਕਸ ਬਰਾਬਰ 15 ਬੜੇ 5 ਪਾਣੀ ਬਣੀ ਗਿਆ 3 ਆਪਣੇ ਕੋਲ ਆ ਗਿਆ ਐਕਸ ਬਰਾਬਰ 3 ਸਮਾਂ ਲੱਗ ਗਈ, ਐਕਸ ਤੇ ਵਾਈ ਦਾ ਮੁੱਲ ਪਤਾ ਕਰਨਾ ਸੀ ਆਪਾਂ, ਐਕਸ ਤੇ ਵਾਈ ਦਾ ਮੁੱਲ ਪਤਾ ਕਰ ਲਿਆ, ਸਮਾਂ ਲੱਗ ਗਈ।